ਸਤਿ ਸ੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਜੀ ਫੌਜ ਵਿੱਚ ਛੁੱਟੀ ਤੇ ਆਏ ਜਵਾਨ ਜਦੋਂ ਆਪਣੇ ਪਿਤਾ ਨੂੰ ਮਿਲਣ ਲਈ ਧਰਨੇ ਤੇ ਗਏ ਤਾਂ ਸਾਰੇ ਪਾਸੇ ਚਰਚਾ ਹੋ ਗਈ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਜਿੱਥੇ ਦੇਸ਼ ਦੇ ਨੌਜਵਾਨਾਂ ਵੱਲੋਂ ਸਰੰਦ ਤੇ ਦੇਸ਼ ਦੀ ਰਾਖੀ ਕੀਤੀ ਜਾਂਦੀ ਹੈ ਉੱਥੇ ਹੀ ਕਿਸਾਨੀ ਸੰਘਰਸ਼ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਇੰਨੀ ਦਿਨੀ ਦਿੱਲੀ ਦੇ ਮੋਰਚਾ ਉੱਪਰ ਵੀ ਡਟੇ ਹੋਏ ਹਨ ਉਨਾ ਫੌਜੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਭ ਤੋਂ ਪਹਿਲਾ ਕਿਸਾਨ ਹਨ ਅਤੇ ਉਹ ਆਪਣਾ ਫਰਜ਼ ਅਦਾ ਕਰ ਰਹੇ ਹਨ ਦੇਸ਼ ਦੇ ਨੌਜਵਾਨ ਆਪਣੇ ਘਰ ਪਰਿਵਾਰ ਤੋਂ ਦੂਰ ਹੋ ਕੇ ਦੇਸ਼ ਦੀ ਰਾਖੀ ਕਰਦੇ ਹਨ ਜੋ ਬਰਫੀਲੀਆਂ ਹਵਾਵਾਂ ਤੂਫਾਨਾਂ ਅੰਦਰ ਵੀ ਬਾਰਡਰ ਉਪਰ ਤਨਾਇਤ ਰਹਿੰਦੇ ਹਨ ਤੇ ਦੁਸ਼ਮਨਾਂ ਦੇ ਨਕਾਮ ਇਰਾਦਿਆਂ ਨੂੰ ਚੱਕਣਾ ਚੂਰ ਕਰ ਦਿੰਦੇ ਹਨ ਹੁਣ ਇੱਕ ਨੌਜਵਾਨ ਫੌਜੀ ਵੱਲੋਂ ਛੁੱਟੀ ਹੋਣ ਤੇ ਆਪਣੇ ਪਿਤਾ ਨੂੰ ਮਿਲਣ ਲਈ ਦਿੱਲੀ ਕਸਾਨੀ ਸ਼ੰਗਰਚ ਵਿੱਚ ਪਹੁੰਚ ਕੀਤੀ ਗਈ ਹੈ ਜਿਸ ਪਾਚੇ ਚਰਚਾ ਹੋ ਗਈ ਆਪਣੇ ਘਰ ਛੁੱਟੀ ਤੇ ਆਇਆ ਇਹ ਨੌਜਵਾਨ ਫੌਜ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹੈ ਜੋ ਆਪਣੇ ਪਰਿਵਾਰ ਨੂੰ ਮਿਲਣ ਲਈ ਛੁੱਟੀ ਲੈ ਕੇ ਘਰ ਪਰਤਿਆ ਸੀ ਪਰ ਉਸਦੇ ਪਿਤਾ ਪਿਛਲੇ ਲੰਮੇ ਸਮੇਂ ਤੋਂ 375 ਦਿਨਾਂ ਤੋਂ ਹੀ ਸੰਘਰਸ਼ ਵਿੱਚ ਸ਼ਾਮਿਲ ਹੈ ਤੇ ਖੇਤੀਗਰਾਂ ਨੂੰ ਰੱਦ ਕਰਮਾਉਣ ਲਈ ਦਿੱਲੀ ਦੀ ਸਰਹੰਦ ਉੱਪਰ ਡਟਿਆ ਹੋਇਆ ਹੈ ਜਦੋਂ ਇਹ ਨੌਜਵਾਨ ਛੁੱਟੀ ਲਈ ਆਪਣੇ ਘਰ ਪਰਤਿਆ ਤਾਂ ਇਸ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਮਿਲਣ ਲਈ ਦਿੱਲੀ ਦੇ ਬਾਰਡਰ ਤੇ ਪਹੁੰਚ ਕੀਤੀ ਪਿਓ ਪੁੱਤਰ ਦੇ ਮਿਲਣ ਵਾਲ ਇਸ ਪਾਉ ਪਲ ਨੂੰ ਸੋਸ਼ਲ ਮੀਡੀਆ ਉੱਤੇ ਵਿਖਾਇਆ ਜਾ ਰਿਹਾ ਹੈ ਕਿਉਂਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਮਿਟੀ ਦੇ ਪ੍ਰਧਾਨ ਦੇ ਸ਼ੋਮਨੀਕਾਲ ਲਾਲ ਦੇ ਕੋਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਇਸ ਪਲ ਨੂੰ ਆਪਣੇ ਫੇਸਬੁੱਕ ਅਕਾਊਂਟ ਤੇ ਸਾਂਝਾ ਕੀਤਾ ਗਿਆ ਹੈ ਉਹਨਾਂ ਕਹਿੰਿਆ ਕਿ ਕੋਈ ਘਟੀਆ ਸੋਚ ਵਾਲਾ ਹੀ ਵਿਅਕਤੀ ਹੋਵੇਗਾ ਜੋ ਦੇਸ਼ ਦੇ ਜਾਨ ਨਾ ਵਾਰਨ ਵਾਲੇ ਫੌਜੀਆਂ ਦੇ ਪਰਿਵਾਰ ਨੂੰ ਖਾਲਿਸਤਾਨੀ ਆਖੇਗਾ ਕਿਉਂਕਿ ਜਦੋਂ ਇਹ ਫੌਜੀ ਆਪਣੇ ਪਿਤਾ ਨੂੰ ਮਿਲਣ ਲਈ ਪਹੁੰਚਿਆ ਤਾਂ ਉਹ ਆਪਣੇ ਪਿਤਾ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਭਾਵੁਕ ਹੋ ਗਿਆ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਵੀਡੀਓ ਦੇ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ।